ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਪੈਟਰੋਲ ਪੰਪ ਤੇ ਪੰਪ ਤੇ ਖੜੀ ਚਿੱਟੇ ਰੰਗ ਦੀ ਕਾਰ। ਦਰਅਸਲ ਕਰਿੰਦੇ ਦੇ ਵੱਲੋਂ ਕਾਰ ਦੇ ਵਿੱਚ 10,000 ਦਾ ਤੇਲ ਪਾਇਆ ਗਿਆ ਔਰ ਇਹ ਕਾਰ ਸਵਾਰ ਬਿਨਾਂ ਪੇਮੈਂਟ ਕੀਤੇ ਇੱਥੋਂ ਰਫੂ ਚੱਕਰ ਹੋ ਗਿਆ। ਇਸ ਦਾ ਪੂਰਾ ਕਾਰਨਾਮਾ CCTV ਕੈਮਰੇ ਦੇ ਵਿੱਚ ਕੈਦ ਹੋਇਆ। 10,000 ਦਾ ਤੇਲ ਪਾਉਣ ਦੇ ਲਈ ਕਿਹਾ ਸੀ, ਜਿਉਂ ਹੀ ਕਰਿੰਦੇ ਨੇ ਤੇਲ ਪਾਇਆ ਔਰ ਇਸਨੇ ਆਪਣਾ ਕਾਰਡ ਕਰਿੰਦੇ ਨੂੰ ਦੇ ਦਿੱਤਾ ਔਰ ਉੱਥੋਂ ਫਰਾਰ ਹੋ ਗਿਆ। ਦੱਸਦੀਏ ਕਿ ਕਾਰਡ ਤੋਂ ਵੀ ਪੇਮੈਂਟ ਨਹੀਂ ਹੋਈ, ਜਦੋਂ ਤੱਕ ਇਸ ਨੂੰ ਫੜਦੇ ਉਦੋਂ ਤੱਕ ਇਹ ਇੱਥੋਂ ਫਰਾਰ ਹੋ ਚੁੱਕਿਆ ਸੀ। ਕਰਿੰਦੇ ਨੂੰ ਆਪਣਾ ਇਸਨੇ ਕਾਰਡ ਦੇ ਦਿੱਤਾ ਸੀ। ਆਰਟਿਕਾ ਕਾਰ ਦੇ ਵਿੱਚ ਸਵਾਰ ਹੋ ਕੇ ਇਹ ਸ਼ਖਸ ਆਇਆ ਸੀ ਤਾਂ ਕਾਰ ਦੇ ਵਿੱਚ ਕੇਨ ਰੱਖੇ ਸੀ, ਉਹ ਵੀ ਇਸਨੇ ਡੀਜ਼ਲ ਦੇ ਨਾਲ ਭਰਵਾ ਲਏ, ਨਾਲ ਹੀ ਆਪਣੀ ਕਾਰ ਦੇ ਵਿੱਚ ਵੀ ਤੇਲ ਪਵਾ ਲਿਆ। ਕੁੱਲ 10,000 ਰੁਪਇਆ ਪੈਟਰੋਲ ਪੰਪ ਨੂੰ ਦੇਣਾ ਸੀ ਪਰ ਉਹ ਬਿਨਾਂ ਦਿੱਤੇ ਇੱਥੋਂ ਫਰਾਰ ਹੋ ਗਿਆ ਔਰ ਇਸਦਾ ਪੂਰਾ ਕਾਰਨਾਮਾ CCTV ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ 10,000 ਰੁਪਏ ਦਾ ਤੇਲ ਪਵਾ ਕੇ ਇਹ ਠੱਗ ਸ਼ਖਸ ਇੱਥੋਂ ਰਫੂ ਚੱਕਰ ਹੋਇਆ ਔਰ ਇਸਦਾ ਕਾਰਨਾਮਾ ਤੀਸਰੀ ਅੱਖ ਦੇ ਵਿੱਚ ਕੈਦ ਹੋ ਗਿਆ। ਪੁਲਿਸ ਦੇ ਕੋਲ ਮਾਮਲਾ ਪਹੁੰਚ ਗਿਆ, ਇਸ ਨੂੰ ਫੜਨ ਦੇ ਲਈ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਨੇ। ਨੰਬਰ ਇਸ ਕਾਰ ਦਾ ਨੋਟ ਹੋ ਚੁੱਕਿਆ ਔਰ ਪੁਲਿਸ ਦੇ ਵੱਲੋਂ ਜਲਦ ਇਸ ਠੱਗ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਗਿਆ। ਜੀ, ਸੁਬਹ ਫੋਨ ਆਇਆ ਸੇਲਜਮੈਨ ਦਾ, ਕਹਿੰਦੇ ਇਸ ਤਰ੍ਹਾਂ ਗੱਡੀ ਸੀਗੀ ਅਟਕ, ਤੇਲ ਪਵਾ ਕੇ ਦੌੜ ਗਿਆ, ਕਾਰ ਆਪਣੇ ਇੱਥੇ ਛੱਡ ਗਿਆ। ਕਾਰ ਦੇ ਉੱਪਰ ਉਹਦਾ ਮੁੰਡੇ ਦਾ ਨਾਮ ਹੀ ਲਿਖਿਆ, ਸ਼ਾਇਦ ਬਤਪ੍ਰੀਤ ਸਿੰਘ। ਅਸੀਂ ਪ੍ਰਸ਼ਾਸਨ ਨੂੰ ਕਾਰਡ ਬਾਰੇ ਜਾਣਕਾਰੀ ਦਿੱਤੀ ਗਈ, ਅਸੀਂ ਬੇਨਤੀ ਕਰਦੇ ਹਾਂ ਵੀ ਉਹਦੇ ਬਾਰੇ ਵੈਰੀਫਾਈ ਕਰਕੇ ਉਹਦੇ ਲਈ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਗਾਹਾਂ ਤੋਂ ਇਹੋ ਜਿਹੀ ਗਲਤ ਕੰਮ ਨਾ ਕਰੀ ਕਿਤੇ ਵੀ। ਹਾਂਜੀ, ਪਹਿਲਾਂ ਵੀ ਹੋਇਆ ਕਈ ਵਾਰ, ਕਈ ਬੰਦੇ ਤਾਂ ਨਹੀਂ ਅੱਜ ਤੱਕ ਮਿਲੇ, ਬਾਕੀ ਆਮ ਹੀ ਹੋ ਜਾਂਦਾ ਜੀ, ਕਈ ਪੰਪਾਂ 'ਤੇ ਹੋ ਜਾਂਦਾ, ਜੁੜ ਜਾਂਦੇ ਨੇ, ਤਾਂ ਨੁਕਸਾਨ ਹੀ ਉਪਾਅ ਜੀ। ਹੁਣ ਕਰਾਂਗੇ ਹੌਲੀ ਹੌਲੀ ਕਰਾਂਗੇ, ਇਹਦੇ ਬਾਰੇ ਵੀ ਕੋਈ ਨਾ ਕੋਈ ਕੈਮਰੇ ਲੱਗਣ ਜੀ, ਕੈਮਰੇ ਵਿੱਚ ਸਭ ਕੁਛ ਆ ਗਿਆ। ਜੀ ਹਾਂਜੀ, ਬਿਲਕੁਲ ਤੁਹਾਡੇ ਸਾਹਮਣੇ ਹੀ ਹੈ ਕੈਮਰੇ ਦਾ ਵੀ, ਜਿਹੜਾ ਗਲਤ ਬੰਦਾ ਵੀ ਹੋਰ ਮੰਨਦਾ ਇਹ ਫਿਰੋਜ਼ਪੁਰ ਰੋਡ 'ਤੇ ਜੀ, ਲਾਲਾਬਾਦ ਐਚ ਪੀ ਮੋਟਰ। ਅੱਜ ਸੁਬਹਾ 8:45 'ਤੇ ਜਲਾਲਾਬਾਦ ਐਚ ਪੀ ਮੋਟਰ ਪੰਪ ਹੈ, ਅਤੇ ਜਦੋਂ ਆਪਾਂ ਜਲਾਲਾਬਾਦ ਤੋਂ ਫਿਰੋਜ਼ਪੁਰ ਜਾਈਏ ਰਾਈਟ ਸਾਈਡ 'ਤੇ ਆਉਂਦਾ, ਅਤੇ ਗੱਡੀ ਸਰਦਾਰ ਸੀਗਾ ਆਰਟੀਕਾ ਗੱਡੀ 'ਚ ਆਇਆ, ਹੁਣ 3 ਰੱਖੇ ਸੀ ਗੱਡੀ ਦੇ ਵਿੱਚ, ਚਿੱਟੇ ਰੰਗ ਦੀ ਆਰਟੀਕਾ ਸੀ, ਅਤੇ ਉਹਦੇ ਵਿੱਚ ਤੇਲ ਪਵਾਇਆ ਅਤੇ ਤੇਲ ਪਵਾ ਕੇ ਇਹਨਾਂ ਨੂੰ ਕਾਰਡ ਦਿੱਤਾ ਸਕਰੈਚ ਕਰਨ ਲਈ, ਇਹ ਇਹਨਾਂ ਦਾ ਬੰਦਾ ਕਾਰਡ ਸਕਰੈਚ ਕਰਨ ਲੱਗਾ ਅਤੇ ਉਹ ਦੌੜ ਗਿਆ, ਜਦੋਂ ਸਕਰੈਚ ਕੀਤਾ ਕਾਰਡ ਉਹ 'ਚ ਬਹੁਤ ਪੈਸੇ ਬਹੁਤ ਘੱਟ ਗਏ। ਗੱਡੀ ਦਾ ਨੰਬਰ ਸੀਗਾ EV04AL1234 ਉਹ ਨੰਬਰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ, ਅਤੇ ਉਹਦਾ ਜਿਹੜਾ ਕਾਰਡ ਸੀਗਾ ਸਾਡੇ ਕੋਲ ਉਹਨੂੰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ, ਅਤੇ ਵੈਰੀਫਾਈ ਕਰਕੇ ਅਸੀਂ ਜਲਦ ਤੋਂ ਜਲਦ ਇਹਨੂੰ ਕਾਬੂ ਕਰ ਲਵਾਂਗੇ। ਮੈਂ ਤਾਂ ਪੰਪ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਜਾਂ ਤਾਂ ਫਿਰ ਫੋਰਨ ਸਿਸਟਮ ਵਾਂਗੂ ਕਾਰਡ ਵਗੈਰਾ ਰੱਖੇ ਜਾਣ, ਪਹਿਲਾਂ ਪੇਮੈਂਟ ਜਮ੍ਹਾਂ ਕਰਾ ਕੇ ਵੀ ਕਾਰਡ ਲਿੱਤੇ ਜਾਣ, ਕਾਰਡ 'ਤੇ ਪੇਮੈਂਟ ਪਹਿਲਾਂ ਹੋ ਜਾਵੇ ਅਤੇ ਤੇਲ ਪਾਏਗਾ ਵੀ, ਜਾਂ ਕੋਈ ਬੈਰੀਕੇਡ ਵਗੈਰਾ ਲਾਏ ਜਾਣ ਇੱਦਾਂ, ਤਾਂ ਕਿ ਕੋਈ ਬੰਦਾ ਕੋਈ ਇੱਦਾਂ ਹੈਵੀ ਤੇਲ ਪਵਾ ਰਿਹਾ ਉਹਦੇ ਮੂਹਰੇ ਕੋਈ ਗੱਡੀ ਖੜੀ ਕਰ ਦਿੱਤੀ ਜਾਵੇ ਆਪਣੀ, ਕੋਈ ਫੇਕ ਗੱਡੀ ਜਾਂ ਬੈਰੀਕੇਡ ਲਾ ਦਿੱਤਾ ਜਾਵੇ, ਉਹਦੇ ਨਾਲ ਇਹਦਾ ਪ੍ਰਿਵੈਂਟਿਵ ਕੀਤਾ ਜਾ ਸਕਦਾ।